वाहेगुरु जी का खालसा ते वाहेगुरु जी दी फतेह। सत श्री अकाल, अस्सलाम वालेकुम, जय श्री कृष्ण, राधे राधे। स्वच्छ काल करांगे एक ऐसे जाली निहंग सिंह दी जिन्हें एक पंजाब दी धी सिखां दी धी दे नाल पंगा लेता। फिर उस तो बाद उन्हें हुलाला हुलाला रोला पाता कि नैंसी ने सानू निंगा नू टारगेट किया ना। पहले मैनू उस बंदे का नाम नहीं पता सी, तो मैं हमेशा उस इंसान नू टारगेट करदी हां जिहड़ा पहल करदा ते मेरे नाल पंगा लैंदा ते जान बुझ के लत विच फसांदा गल दे विच। सो हुण इह निंग दा नाम हैगा जो मैनू पता लग्गिया कि बाबा दीप सिंह खालसा निंग। ਕਿਹੜੀ ਗੱਲੋਂ ਤੂੰ ਸ਼ਹੀਦ ਬਾਬਾ ਦੀਪ ਸਿੰਘ ਦਾ ਨਾਮ ਆਪਣੇ ਨਾਮ ਨਾਲ ਜੋੜ ਕੇ ਤੂੰ ਮਹਾਨ ਬਣਦਾ ਫਿਰਦਾ? ਤੂੰ ਤਾਂ ਉਹਨਾਂ ਦੇ ਪੈਰਾਂ ਦੀ ਧੂਲ ਵੀ ਨਹੀਂ ਹੈ। ਜਾਲੀ ਮੁਸ਼ਕੇ ਦੀਪ ਸਿੰਘ ਤੇਰੀ ਗੱਲ ਕਰ ਰਹੀ ਹੈ। ਅਸੀਂ ਤਾਂ ਇਸ ਦੀਪ ਸਿੰਘ ਨਾਮ ਬਾਰੇ ਵੀ ਮਾੜਾ ਨਹੀਂ ਬੋਲ ਸਕਦੇ ਕਿਉਂਕਿ ਸਾਡੇ ਸ਼ਹੀਦ ਬਾਬਾ ਦੀਪ ਸਿੰਘ ਦਾ ਨਾਮ ਹੈ। ਤੁਹਾਡੇ ਵਰਗੇ ਕਮਜ਼ਰਫਾਂ ਨੇ ਜਾਲੀ, ਤੇਰੇ ਵਰਗੇ ਜਾਲੀ ਨਿੰਘ ਨੇ ਜਿਹੜਾ ਗੰਦ ਪਾਇਆ। ਸੋ ਨੰਬਰ ਟੂ, ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਸੀ ਕਿ ਤੁਹਾਨੂੰ ਇਹ ਆਖਿਆ ਸੀ ਕੁੜੀਆਂ ਦੇ ਵਸਤਰ ਲਾਓ, ਲੋਕਾਂ ਦੀਆਂ ਧੀਆਂ ਭੈਣਾਂ ਨੂੰ ਨੰਗਾ ਕਰੋ ਤੇ ਉਹਨਾਂ ਨੂੰ ਗੰਦੀ ਬਾਣੀ ਦਾ ਉਚਾਰਨ ਕਰੋ? ਕੱਲ ਮੈਂ ਇੱਕ ਨਿਹੰਗ ਦੀ ਵੀਡੀਓ ਦੇਖੀ, ਉਹ ਕਹਿੰਦਾ ਵੀ ਇਹ ਨੈਨਸੀ ਨੇ ਸਾਨੂੰ ਸਭ ਨੂੰ ਟਾਰਗੇਟ ਕਰਤਾ। ਮੈਂ ਮੰਨਦਾ ਨੈਨਸੀ ਨੇ ਉਸ ਬੰਦੇ ਬਾਰੇ ਬੋਲਿਆ ਹੋਣਾ, ਹੋ ਸਕਦਾ ਕਹਿੰਦਾ ਸਾਡੇ ਬੰਦੇ ਨੇ ਕੁਛ ਅਪਸ਼ਬਦ ਬੋਲੇ ਹੋਣ ਤਾਂ ਉਹ ਨੈਨਸੀ ਕੁੜੀ ਨੇ ਵੀਡੀਓ ਪਾਈ ਆ। ਚਲੋ ਮੈਨੂੰ ਉਹ ਗੱਲ ਬੜੀ ਅੱਛੀ ਲੱਗੀ, ਕਹਿੰਦਾ ਨੈਨਸੀ ਨੂੰ ਉਹ ਬੰਦੇ ਦਾ ਨਾਮ ਲੈ ਕੇ ਵੀਡੀਓ ਪਾਉਣੀ ਚਾਹੀਦੀ ਸੀ। ਇੱਕ ਲਾਲੀ ਨਾਮ ਦਾ ਡਰੱਗੀ ਬੰਦਾ ਹੈ, ਠੀਕ ਹੈ, ਉਹ ਵੀ ਆਪਣਾ ਨੂੰ ਨਿੰਗ ਕਹਿੰਦਾ, ਨਸ਼ਾ ਪੱਤਾ ਖਾ ਲੈਂਦਾ। ਉਹਦਾ ਪੰਗਾ ਅੱਗੇ ਵੀ ਬਹੁਤ ਪਹਿਲੇ 4-5 ਸਾਲ ਪਹਿਲੇ ਵੀ ਮੇਰੇ ਨਾਲ ਉਹਦਾ ਪੰਗਾ ਪਿਆ ਸੀ, ਉਹਨੇ ਉਦੋਂ ਵੀ ਮੇਰੇ 'ਤੇ ਗਲਤ ਵੀਡੀਓ ਬੋਲੀ ਸੀ। ਫਿਰ ਮੈਨੂੰ ਲੋਕਾਂ ਨੇ ਦੱਸਿਆ ਕਿ ਮੈਡਮ ਇਹ ਤਾਂ ਨਸ਼ੇ ਪੱਤੇ ਕਰ ਲੈਂਦਾ, ਨਸ਼ੇੜੀ ਬੰਦਾ ਹੈ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ, ਤੁਸੀਂ ਨਸ਼ੇੜੀ ਹੋ, ਕ੍ਰਿਮੀਨਲ ਹੋ, ਤੁਸੀਂ ਨਿੰਗਾਂ ਦਾ ਚੋਲਾ ਪਾ ਕੇ ਸਮਾਜ ਦੇ ਵਿੱਚ ਸਾਡੇ ਸਿੱਖਾਂ ਨੂੰ, ਸਾਡੇ ਬਾਣੇ ਨੂੰ ਤੁਸੀਂ ਇੰਨੀ ਲੀਕ ਲਾਈ ਹੋਈ ਆ। ਅਤੇ ਤੂੰ ਦੀਪ ਸਿੰਘ ਖਾਲਸਾ ਜਿਹੜਾ ਤੂੰ ਬਣਿਆ ਫਿਰਦਾ ਹੈ, ਤੂੰ ਪਹਿਲੇ ਪੰਗਾ ਲਿੱਤਾ ਮੇਰੇ ਨਾਲ, ਮੈਂ ਤਾਂ ਤੈਨੂੰ ਜਾਣਦੀ ਨਹੀਂ ਕਿ ਤੂੰ ਕੌਣ ਆ। ਤੂੰ ਇੰਨੀ ਗੰਦੀ ਬਾਣੀ ਦਾ ਉਪਯੋਗ ਕੀਤਾ, ਤੂੰ ਇਨਡਾਇਰੈਕਟ ਵੇ 'ਚ ਮੈਨੂੰ ਰੇਪ ਤੱਕ ਦੀ ਥ੍ਰੈਟਿੰਗ ਦਿੱਤੀ ਆ। ਆਪਣੀ ਵੀਡੀਓ ਨੂੰ ਸੁਣ, ਤੇਰੀਆਂ ਸਾਰੀਆਂ ਵੀਡੀਓ ਮੇਰੇ ਕੋਲ ਪਹੁੰਚਦੀਆਂ ਇੱਥੇ ਕੈਨੇਡਾ ਦੇ ਵਿੱਚ, ਔਰ ਲੋਕ ਥੂ 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 ਮੈਨੂੰ ਨਹੀਂ ਤੈਨੂੰ ਕਰ ਰਹੇ ਆ ਕਿ ਗੁਰੂਆਂ ਬਾਣਾਂ ਦਾ ਚੋਲਾ ਪਾ ਕੇ, ਨਿਹੰਗਾਂ ਦਾ ਚੋਲਾ ਪਾ ਕੇ, ਅੰਮ੍ਰਿਤ ਛੱਕ ਕੇ, ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ, ਤੇ ਦੇਖੋ ਇਹ ਬੰਦਾ ਆਪਣੀ ਹੀ ਸਿੱਖ ਕੌਮ ਦੀ ਧੀ ਬਾਰੇ ਕਿੱਦਾਂ ਕਹਿੰਦੇ, ਉਹਨੂੰ ਇਨਡਾਇਰੈਕਟ ਵੇ 'ਚ ਰੇਪ ਦੀ ਧਮਕੀਆਂ, ਤੈਨੂੰ ਆਏ ਕਰ ਦਾਂਗੇ, ਤੈਨੂੰ ਨੈਸ਼ ਨੀ, ਤੂੰ ਮੈਨੂੰ ਨੈਸ਼ ਨੀ ਆਖਦਾ ਹੈ ਨਾ, ਨੈਸ਼ ਨੀ, ਤੇ ਇਹ ਦੇਖ ਲਾ ਵੀ ਜਦੋਂ ਨੈਸ਼ ਨੀ ਮਗਰ ਪੈ ਗਈ ਨਾ, ਤੈਨੂੰ ਭੱਜਣ ਨੂੰ ਰਾਹ ਨੀ ਮਿਲਣਾ। ਫਿਰ ਤੂੰ ਕਹਿੰਦਾ ਇਹਦਾ ਘਰ ਬਾਰ ਲੱਭ ਕੇ ਘੋੜੇ ਬੰਨਦਾਂਗੇ ਬਾਹਰ, ਆਏ ਕਰ ਦਾਂਗੇ, ਤੇਰੇ ਪੱਲੇ ਕੀ ਆ? ਤੂੰ ਇੱਕ ਵਾਰ ਮੇਰੇ ਘਰ ਦੇ ਬਾਹਰ ਤਾਂ ਆ, ਜਿਹੜਾ ਤੂੰ ਦੀਪ ਸਿੰਘ ਬਣਿਆ ਫਿਰਦਾ ਨਾ ਖਾਲਸਾ, ਤੂੰ ਬਾਹਰ ਤਾਂ, ਤੈਨੂੰ ਭੱਜਣ ਨੂੰ ਰਾਹ ਵੀ ਨੀ ਮਿਲਣਾ। ਜਿਹੜਾ ਤੁਸੀਂ ਸੋਚਦੇ ਨਾ ਗਲੀ ਦੇ ਗੇੜੇ ਮਾਰਨੇ ਆ ਜਾਂ ਕੁਛ ਕਰ ਲਾਂਗੇ, ਪਹਿਲਾਂ ਹੀ NIR ਕੋਟ 'ਚ ਤੁਹਾਡਾ ਐਡਾ ਵੱਡਾ ਚਿੱਠਾ ਦਿੱਤਾ ਹੋਇਆ ਮੇਰਾ ਲਿਖ ਕੇ, ਤੁਸੀਂ ਬਾਹਰ ਤਾਂ ਆਓ ਇੱਕ ਵਾਰ, ਫਿਰ ਤੁਹਾਨੂੰ ਪਤਾ ਲੱਗੂਗਾ ਵੀ ਕਿਸੇ ਦੇ ਘਰ ਦੇ ਬਾਹਰ ਜਾ ਕੇ ਉੱਚੀ ਆਵਾਜ਼ 'ਚ ਗੱਲ ਕਰਨਾ, ਗੁੰਡਾਗਰਦੀ ਬਦਮਾਸ਼ੀ ਕਰਨਾ, ਤੁਹਾਡੀ ਹੀ ਗੁੰਡਾਗਰਦੀ ਬਦਮਾਸ਼ੀ ਪੰਜਾਬ ਦੇ ਵਿੱਚ ਬੜੀ ਸਿਰ ਚੜ ਕੇ ਜਿਹੜੀ ਬੋਲ ਰਹੀ ਹੈ ਨਾ, ਇਹ ਹੁਣ ਪੰਜਾਬ ਸਰਕਾਰ ਲਾਊਗੀ ਤੁਹਾਡੀ ਗੁੰਡਾਗਰਦੀਆਂ। ਜਣੇ ਖਣੇ ਘਰ ਦੇ ਮੂਹਰੇ ਜਾਣਾ, ਨੋ ਟ੍ਰੈਸਪਾਸਿੰਗ, ਕਿਸੇ ਦੀ ਪ੍ਰੋਪਰਟੀ ਦੇ ਮੂਹਰੇ ਜਾ ਕੇ ਵੀ ਤੁਸੀਂ ਉੱਚੀ ਆਵਾਜ਼ 'ਚ ਗੱਲ ਨਹੀਂ ਕਰ ਸਕਦੇ, ਗੱਲ ਯਾਦ ਰੱਖਿਓ ਮੇਰੀ, ਤੁਹਾਨੂੰ ਕੋਈ ਮੂਹਰੋਂ ਟੱਕਰਿਆ ਨਹੀਂ ਹਲੇ ਚੋਪੜਾਂ ਨਾਲ, ਤੁਹਾਨੂੰ ਨਹੀਂ, ਸੋਰੀ, ਤੈਨੂੰ, ਉਹ ਮੇਰੇ ਮੂੰਹ 'ਚ ਫਿਰ ਰਿਸਪੈਕਟ ਵਾਲਾ ਵਰਡ ਨਿਕਲ ਜਾਂਦਾ, ਆਮ ਸੋਰੀ ਟੂ ਸੇ, ਤੈਨੂੰ, ਤੈਨੂੰ ਕੋਈ ਟੱਕਰਿਆ ਨਹੀਂ ਹਲੇ ਆ, ਵੀ ਜਿਹੜੇ ਤੇਰੇ ਪਛਵਾੜੇ ਦੇ ਉੱਤੇ ਨਾ ਕੁੱਤੇ ਵਾਲਾ ਚਾਬਕ ਵੇਖਿਆ, ਕੁੱਤੇ ਵਾਲਾ ਚਾਬਕ ਹੀ ਬਹੁਤ ਆ ਤੇਰੇ ਚਿਤੜਾਂ ਦੇ ਉੱਤੇ ਪੈਣ ਵਾਸਤੇ। ਤੂੰ ਨਸ਼ਾ ਪੱਤਾ ਕਰਦਾ, ਟਿਕਟੋਕ 'ਤੇ ਕਦੀ ਉੱਥੇ ਲਾਈਵ ਬਹਿ ਜਾਂਦਾ, ਉਹਦੇ ਲਾਲੀ ਦੇ ਨਾਲ ਤੂੰ ਜੋ ਔਰਤਾਂ ਦੇ ਬਾਰੇ ਅਪਸ਼ਬਦ ਬੋਲਦਾ, ਤੇਰੇ ਵਰਗੇ ਜਾਲੀ ਨਿੰਗ ਨੇ ਦੀਪ ਸਿੰਘ ਖਾਲਸਾ ਗੰਦ ਪਾਤਾ ਸਾਰੇ ਸਮਾਜ ਦੇ ਵਿੱਚ, ਤੇਰੇ ਵਰਗੇ ਜਾਲੀ ਲੋਕਾਂ ਕਰਕੇ ਲੋਕ ਅੱਜ ਹਰ ਇੱਕ ਸਿੱਖ ਕੌਮ 'ਤੇ ਉਂਗਲ ਚੱਕ ਰਹੇ, ਕੁਛ ਆ ਜਾਲੀ ਖਾਲਿਸਤਾਨੀਆਂ ਕਰਕੇ ਅਸੀਂ ਸਿੱਖ ਕੌਮ ਅੱਜ ਇੰਨੀ ਬਦਨਾਮ ਹੋ ਗਈ, ਇੰਨੇ ਬਦਨਾਮ ਹੋ ਗਏ, ਦੋ ਕੌੜੀ ਦਾ ਬੰਦਾ ਨਹੀਂ ਹੁੰਦਾ ਜਿਹੜਾ ਸਾਨੂੰ ਮੂੰਹ ਚੱਕ ਕੇ ਕਹਿੰਦਾ ਅੱਛਾ ਤੁਸੀਂ ਸਿੱਖ, ਅੱਛਾ ਗੁਰਦੁਆਰੇ 'ਤੇ ਤੁਸੀਂ ਕਹਿੰਦੇ ਇੱਕ ਦੂਜੇ ਦੇ ਪੱਗਾਂ ਲਾ ਦਿੰਦੇ ਹੋ। ਸੋ ਇਹ ਬਿਲਕੁਲ ਗੱਲ ਸੱਚ ਹੈ ਜੀ। ਮੈਂ ਅੱਗੇ ਵੀ ਦੱਸਿਆ ਵੀ ਗੁਰੂ ਘਰ 'ਚ ਗੱਲੇ ਦੀ ਲੜਾਈ ਹੈ ਸਾਰੀ, ਮਾਇਆ ਪੈਸਾ। ਜੇ ਤੁਸੀਂ ਕਹਿੰਦੇ ਹੋ ਵੀ ਨਿੰਗ ਫੋਰਸਫੁਲੀ ਉਸ ਗੁਰਦੁਆਰੇ 'ਚ ਸੁਲਤਾਨਪੁਰ ਲੋਧੇ ਵਾਲੇ ਗੁਰਦੁਆਰੇ 'ਚ ਕਬਜ਼ਾ ਲੈਣਾ ਚਾਹੁੰਦੇ ਸੀ, ਕਿਉਂ ਫੋਰਸਫੁਲੀ ਲੈਣਾ ਚਾਹੁੰਦੇ ਆ? ਸਿਆਪਾ ਸਾਰਾ ਗੱਲੇ ਦਾ। ਸਾਡੇ ਤਾਂ ਸਿੱਖਾਂ 'ਚ ਪੱਗ ਬੰਨਣ ਦੀ ਜਿਹੜੀ ਟ੍ਰੇਨਿੰਗ ਹੈ ਨਾ, ਉਹ ਵੀ ਗੁਰੂ ਘਰ 'ਚੋਂ ਹੀ ਮਿਲਦੀ ਆ। ਜਦੋਂ ਅਸੀਂ ਬੱਚੇ ਦੇ ਪੱਗ ਬੰਨਣੀ ਆ ਤਾਂ ਪਹਿਲੇ ਪ੍ਰੋਪਰਲੀ ਅਸੀਂ ਉੱਥੇ ਜਾ ਕੇ ਜਿਹੜਾ ਸ਼ਗਨ ਆ ਰੀਤੀ ਰਿਵਾਜ ਕਰਦੇ ਹਾਂ, ਤੇ ਪੱਗ ਲਾਉਣ ਦੀ ਟ੍ਰੇਨਿੰਗ ਵੀ
ਉਹ ਵੀ ਸਾਡੇ ਗੁਰੂ ਘਰ ਚੋਂ ਮਿਲਦੀ ਆ। ਪੱਗ ਬੰਨਣਾ ਵੀ ਉੱਥੇ ਸਿਖਾਇਆ ਜਾਂਦਾ ਤੇ ਪੱਗ ਲਾਉਣੀ ਕਿਵੇਂ ਆ, ਹੱਥੋਂ ਪਾਈ ਕਿਵੇਂ ਹੋਣਾ, ਡਾਂਗਾ ਸੋਟੀਆਂ ਕਿਵੇਂ ਹੋਣੀਆਂ ਤੇ ਪੱਗ ਤੇ ਅਟੈਕ, ਇਹ ਵੀ ਸਾਡੇ ਗੁਰੂਦੁਆਰੇ 'ਚ ਸਿਖਾਇਆ ਜਾਂਦਾ। ਨੋ ਡਾਊਟ ਅੱਜ ਯੂਟਿਊਬ ਤੇ ਪਾ ਕੇ ਦੇਖ ਲਓ ਤੁਸੀਂ, ਸਭ ਤੋਂ ਜ਼ਿਆਦਾ ਫਾਈਟ ਕਿਸੇ ਧਾਰਮਿਕ ਸਥਾਨ ਤੇ ਚੱਲ ਰਹੀ ਤੇ ਗੁਰਦੁਆਰਿਆਂ ਦੇ ਵਿੱਚ। ਉਹਦੀ ਵਜ੍ਹਾ ਮੈਂ ਕਿੰਨੀ ਵਾਰ ਕਿਹਾ ਤੁਹਾਨੂੰ, ਸੰਗਤ ਜੀ ਜਾਗ ਜਾਓ, ਗੱਲਾਂ ਮਾਇਆ। ਜਦੋਂ ਤੱਕ ਤੁਸੀਂ ਲੋਕ ਗੱਲਿਆਂ 'ਚ ਪੈਣਾ ਪੈਸਾ ਪਾਉਣਾ ਬੰਦ ਨਹੀਂ ਨਾ ਕਰਦੇ, ਇਹਨਾਂ ਨੇ ਬੰਦਾ ਨਹੀਂ ਬਣਨਾ। ਮੈਂ ਕਿਹਾ ਗਰੋਸਰੀ ਚੜਾ ਦਿਓ, ਬਹੁਤੀ ਗੱਲ ਆ, ਗੱਲਿਆਂ 'ਚ ਇੰਨੀ ਇੰਨੀ ਕੈਸ਼ ਨਾ ਪਾਓ। ਐਸੇ ਬੱਚੇ ਦਿਖਾਵਾਂ ਤੁਹਾਨੂੰ ਜਿਹੜੇ ਪੜ੍ਹਨਾ ਚਾਹੁੰਦੇ ਆ ਜ਼ਿੰਦਗੀ ਦੇ ਵਿੱਚ, ਪਰ ਉਹਨਾਂ ਕੋਲ ਫੀਸਾਂ ਨਹੀਂ ਭਰ ਹੁੰਦੀਆਂ। ਜਾ ਕੇ ਝੁੱਗੀ ਚੋਪੜੀਆਂ ਛਾਲ ਦੇਖੋ, ਕਿੰਨੇ ਇੰਟੈਲੀਜੈਂਟਸ ਬੱਚੇ ਆ, ਫੀਸਾਂ ਨਹੀਂ ਹੈ, ਸਕੂਲ ਦੀਆਂ ਵਰਦੀਆਂ ਡਰੈੱਸਾਂ ਨਹੀਂ ਹੈ, ਗੌਰਮੈਂਟ ਨੇ ਤਾਂ ਕੀ ਕਰਨਾ। ਤੁਸੀਂ ਤਾਂ ਜਾਗ ਜਾਓ, ਓਰੀਜਨਲ ਸਿੱਖੋ। ਇੰਨਾ ਇੰਨਾ ਪੈਸਾ ਗੁਰਦੁਆਰੇ 'ਚ ਦਾਨ ਕਰਨ ਤੋਂ ਬਜਾਏ ਬੱਚਿਆਂ ਨੂੰ ਐਜੂਕੇਸ਼ਨ ਦੇ ਦਿਓ। ਕਿਸੇ ਬੱਚੇ ਨੂੰ ਅੱਛੀ ਤਾਲੀਮ ਦਿਓਗੇ, ਅੱਛੇ ਸੰਸਕਾਰ ਐਜੂਕੇਸ਼ਨ ਮਿਲੇਗੀ, ਉਹ ਤੁਹਾਡੀ ਕੌਮ ਦਾ ਵੀ ਨਾਮ ਰੋਸ਼ਨ ਕਰਨਗੇ, ਤੁਹਾਨੂੰ ਵੀ ਦੁਆਵਾਂ ਦੇਣਗੇ ਅਤੇ ਆਪਣੇ ਮੁਲਕ ਦਾ ਵੀ ਨਾਮ ਰੋਸ਼ਨ ਕਰਨਗੇ। ਹੁਣ ਪਿੱਛੇ ਜੇ ਮੈਂ ਖਬਰ ਸੁਣੀ ਕਿ ਕਿਸੇ ਬੰਦੇ ਨੇ 24 ਘਿਓ ਦੇ ਟਰੱਕ ਚੜ੍ਹਾ ਸੁੱਟੇ ਗੁਰਦੁਆਰੇ, ਪਤਾ ਨਹੀਂ ਕਿਹੜੇ ਗੁਰਦੁਆਰੇ, ਮੈਂ ਸੋਰੀ ਆ ਮੈਂ ਨਾਮ ਭੁੱਲ ਗਈ ਹਾਂ। ਹੁਣ ਮੈਂ ਇਕੱਲੀ ਬਹਿ ਕੇ ਸੋਚਿਆ ਵੀ ਮਣਾ ਤੂੰ 24 ਘਿਓ ਦੇ ਟਰੱਕ ਚੜ੍ਹਾ ਤੇ, ਤੈਨੂੰ ਕੀ ਲੱਗਦਾ ਤੇਰੇ 24 ਘਿਓ ਦੇ ਟਰੱਕ 'ਚ ਸਾਰਾ ਲੰਗਰ ਬਣ ਗਿਆ ਤੇ ਤੈਨੂੰ ਬਹੁਤ ਆਸ਼ੀਰਵਾਦ ਲੱਗੂਗਾ ਵਾਹਿਗੁਰੂ ਦਾ, ਪਰਮਾਤਮਾ ਤੈਨੂੰ ਚੜ੍ਹਦੀ ਕਲਾ ਬਖਸ਼ੇਗਾ। ਤੈਨੂੰ ਕੀ ਪਤਾ ਵੀ ਤੇਰੇ ਉਸ ਘਿਓ ਨੂੰ ਕਿੱਥੇ ਵੇਚਿਆ ਜਾਣਾ, ਕਿਹੜੇ ਕਿਹੜੇ ਕਮੇਟੀ ਮੈਂਬਰਾਂ ਨੇ, ਪ੍ਰਧਾਨਾਂ ਨੇ, ਉਹਨਾਂ ਦੀ ਜਨਾਨੀਆਂ ਨੇ, ਨਿਆਣਿਆਂ ਨੇ ਭਰ ਭਰ ਕੇ ਡੱਬੇ ਆਪਦੇ ਘਰ ਲੈ ਜਾਣੇ ਆ। ਉਹੀ 24 ਟਰੱਕ ਦੇ ਬਜਾਏ ਭਾਈ ਜੇ ਤੇਰੇ ਇੰਨੀ ਮਨਸ਼ਾ ਸੀ ਤੂੰ ਇੱਕ ਟਰੱਕ ਚੜ੍ਹਾ ਕੇ, ਤੇ ਜਿਹੜੇ 23 ਟਰੱਕਾਂ ਦੀ ਪੇਮੈਂਟ ਹੈ, 23 ਟਰੱਕਾਂ ਦਾ ਪੈਸਾ ਸੀ, ਕਿਸੇ ਗਰੀਬ ਐਸੋਸੀਏਸ਼ਨ ਨੂੰ ਡੋਨੇਟ ਕਰ ਦੇ। ਇੰਨੇ ਅਨਾਥ